ਅੱਜ ਆਪਾਂ ਮਸਲ ਵੀਕਨੈਸ ਜਿਹੜੀ ਹੁੰਦੀ ਹੈ, ਪੱਠਿਆਂ ਦੀ ਕਮਜ਼ੋਰੀ ਹੁੰਦੀ ਹੈ, ਆਪਣੇ ਸਰੀਰ ਦੇ ਵਿੱਚੋਂ ਪਟਾਕੇ ਨਿਕਲਣ ਲੱਗ ਜਾਂਦੇ ਨੇ ਜਦੋਂ ਆਪਾਂ ਬਾਂਹ ਇੱਧਰ ਨੂੰ ਉੱਪਰ ਨੀਚੇ ਕਰੀਏ ਜਾਂ ਲੱਤਾਂ ਦੇ ਵਿੱਚ ਕਿੜਲ ਪੈ ਜਾਂਦੇ ਨੇ। ਸੋ ਉਹ ਕਿਉਂ ਹੁੰਦਾ? ਕਈ ਵਾਰ ਬਹੁਤ ਤਿੱਖੀ ਧੁੱਪ ਵਿੱਚ ਪਸੀਨਾ ਆਉਂਦਾ ਹੀ ਨਹੀਂ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਪਾਣੀ ਵਾਕਈ ਕਮੀ ਹੋ ਰਹੀ ਹੈ। ਨਮਕ ਤੇ ਚੀਨੀ ਪਾ ਕੇ ਨਿੰਬੂ ਲਗਾਤਾਰ ਵਰਤਦੇ ਰਹੋ, ਸਾਦਾ ਪਾਣੀ ਉਦੋਂ ਠੀਕ ਨਹੀਂ ਰਹਿੰਦਾ। ਬਿਹਤਰ ਜੇ ਕਿ ਅਸੀਂ ਉਹ ਫਲ ਤੇ ਸਬਜ਼ੀਆਂ ਰੈਗੂਲਰ ਖਾਈਏ ਜਿਹੜੀਆਂ ਪਾਣੀ ਦੀਆਂ ਭਰੀਆਂ ਹੋਈਆਂ ਨੇ। ਮਿਸਾਲ ਵਜੋਂ ਵੀ ਜਿਹੜਾ ਹੁੰਦੀ ਹੈ ਇਹ ਸਮੱਸਿਆ ਹੁੰਦੀ ਹੈ, ਸਿਰਫ ਲਿਕੁਇਡ ਸਾਡੇ ਸਰੀਰ ਚ ਨਹੀਂ ਜਾਂਦਾ ਤਾਂ ਕਰਕੇ ਹੁੰਦਾ। ਪਾਣੀ ਦੀ ਕਮੀ ਵੀ ਖਤਰਨਾਕ ਹੋ ਜਾਂਦੀ ਜੇ। ਸੋ ਇਹ ਸਾਰੀਆਂ ਚੀਜ਼ਾਂ ਸਾਡੇ ਸੈੱਲਾਂ ਦੇ ਕੰਮ ਕਰ ਲਈ ਜ਼ਰੂਰੀ ਹੁੰਦੀਆਂ ਨੇ। ਕਈ ਵਾਰ ਤਾਂ ਇੰਨੀ ਕਮਜ਼ੋਰੀ ਹੋ ਜਾਂਦੀ ਹੈ ਜਿਵੇਂ ਸਾਨੂੰ ਲੱਗਦਾ ਹੈ ਕਿ ਅਸੀਂ ਪੌੜੀ ਵੀ ਨਹੀਂ ਚੜ੍ਹ ਸਕਦੇ, ਯਾਨੀ ਖੜਿਆ ਹੀ ਨਹੀਂ ਹੋਇਆ ਜਾਂਦਾ। ਇਸੇ ਤਰ੍ਹਾਂ ਗਰਭ ਦੌਰਾਨ ਬਹੁਤ ਅਹਿਮ ਜੇ ਉਹਨਾਂ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਹੈ। ਉਹਦੇ ਵਿੱਚ ਵੈਸੇ ਹੀ ਹਾਰਮੋਨਲ ਕਾਫੀ ਤਬਦੀਲੀਆਂ ਹੁੰਦੀਆਂ ਨੇ। ਮਨ ਤੰਦਰੁਸਤ ਤਾਂ ਤਨ ਵੀ ਤੰਦਰੁਸਤ। ਅਸੀਂ ਗੰਦਗੀ ਖਾਣ ਤੋਂ ਹਟ ਜਾਈਏ, ਬਿਮਾਰੀਆਂ ਹੀ ਨਹੀਂ ਹੋਣਗੀਆਂ। ਸਮੁੱਚੀ ਮਾਨਵਤਾ ਲਈ ਤੰਦਰੁਸਤ ਰਹੋ, ਹੱਸਦੇ ਰਹੋ, ਵੱਸਦੇ ਰਹੋ ਤੇ ਖੇੜੇ ਵੰਡੋ। ਸਤਿ ਸ੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆਂ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ, ਖਾਲਸ ਟੀਵੀ ਤੇ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਨਾਲ, ਤੇ ਸਾਡੇ ਨਾਲ ਸਾਡੇ ਖਾਸ ਮਹਿਮਾਨ ਡਾਕਟਰ ਹਰਸ਼ਿੰਦਰ ਕੌਰ ਪਟਿਆਲੇ ਤੋਂ ਜੁੜ ਚੁੱਕੇ ਨੇ। ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਉਹ ਸੇਵਾਵਾਂ ਦਿੰਦੇ ਨੇ ਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਨੇ, ਐਲੋਪੈਥਿਕ ਡਾਕਟਰ ਨੇ। ਸੋ ਅੱਜ ਆਪਾਂ ਮਸਲ ਵੀਕਨੈਸ 10 ਮਿੰਟ ਦਾ ਪ੍ਰੋਗਰਾਮ ਕਰਾਂਗੇ, ਕਿਉਂਕਿ ਸਾਨੂੰ ਖਾਸ ਤੌਰ ਆਪਣੇ ਸਰੀਰ ਦੇ ਵਿੱਚੋਂ ਪਟਾਕੇ ਨਿਕਲਣ ਲੱਗ ਜਾਂਦੇ ਨੇ ਜਦੋਂ ਆਪਾਂ ਬਾਂਹ ਇੱਧਰ ਨੂੰ ਉੱਪਰ ਨੀਚੇ ਕਰੀਏ ਜਾਂ ਮਸਲ ਵੀਕਨੈਸ ਜਿਹੜੀ ਹੁੰਦੀ ਹੈ ਪੱਠਿਆਂ ਦੀ ਕਮਜ਼ੋਰੀ ਹੁੰਦੀ ਹੈ। ਸੋ ਉਹ ਕਿਉਂ ਆਪਣੇ ਸਰੀਰ ਦੇ ਵਿੱਚੋਂ ਪਟਾਕੇ ਨਿਕਲਣ ਲੱਗ ਜਾਂਦੇ ਨੇ ਜਦੋਂ ਆਪਾਂ ਬਾਂਹ ਇੱਧਰ ਨੂੰ ਉੱਪਰ ਨੀਚੇ ਕਰੀਏ ਜਾਂ ਲੱਤਾਂ ਦੇ ਵਿੱਚ ਕਿੜਲ ਪੈ ਜਾਂਦੇ ਨੇ? ਸੋ ਉਹ ਕਿਉਂ ਹੁੰਦਾ ਤੇ ਉਹ ਨਾ ਹੋਵੇ ਉਹਦੇ ਲਈ ਕੀ ਕਰਨਾ? ਸੋ ਡਾਕਟਰ ਸਾਹਿਬ ਦੇ ਨਾਲ ਆਪਾਂ ਇੱਕ ਸੰਖੇਪ ਜਿਹਾ ਪ੍ਰੋਗਰਾਮ ਕਰਾਂਗੇ। ਡਾਕਟਰ ਸਾਹਿਬ ਜੁੜ ਚੁੱਕੇ ਨੇ। ਡਾਕਟਰ ਹਰਸ਼ਿੰਦਰ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਖਾਲਸ ਟੀਵੀ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅਸਲ 'ਚ ਤੁਹਾਡੀ ਪਿਆਰੀ ਮਿੱਠੀ ਨਿੱਘੀ ਆਵਾਜ਼ ਤੇ ਸਾਰਿਆਂ ਦੀ ਮੁਹੱਬਤ ਹੈ ਜਿਹੜੀ ਲਗਾਤਾਰ ਸਾਨੂੰ ਇਹ ਪ੍ਰੋਗਰਾਮ ਜਾਰੀ ਰੱਖਣ ਤੇ ਮਜਬੂਰ ਕਰ ਦਿੰਦੀ ਹੈ। ਸੋ ਵਾਕਈ ਅੱਜ ਤਾਂ ਸਾਰੇ ਕਹਿੰਦੇ ਨੇ ਸਾਡੀ ਮੰਗ ਤੇ ਨਹੀਂ ਪ੍ਰੋਗਰਾਮ ਕਰਦੇ, ਅੱਜ ਦਾ ਤੇ ਹੈ ਹੀ ਪ੍ਰੋਗਰਾਮ ਉਹਨਾਂ ਦੀ ਮੰਗ ਤੇ ਕਿ ਗਰਮੀਆਂ ਦੇ ਵਿੱਚ, ਕਿਉਂਕਿ ਜੇ ਮੈਂ ਕੱਲੀ ਮਸਲ ਵੀਕਨੈਸ ਪੱਠਿਆਂ ਦੀ ਕਮਜ਼ੋਰੀ ਕਰਾਂ ਤਾਂ ਥਾਇਰੋਇਡ ਦੇ ਵਿੱਚ ਹੋ ਜਾਏਗੀ, ਬਹੁਤ ਸਾਰੀਆਂ ਪੱਠਿਆਂ ਦੀਆਂ ਆਪਣੀਆਂ ਹੁੰਦੀਆਂ ਨੇ ਬਿਮਾਰੀਆਂ ਜਿਵੇਂ ਮਾਇਓਸਾਈਟਿਸ, ਮਾਇਓਪੈਥੀ, ਮਾਇਸਥੀਨੀਆ ਗ੍ਰੇਵਿਸ, ਇਹੋ ਜਿਹਾ ਬਹੁਤ ਕੁਛ ਜੇ। ਜੀ ਜੀ। ਪਰ ਆਪਾਂ ਗੱਲ ਗਰਮੀਆਂ ਦੇ ਨਾਲ ਹੀ ਜੋੜ ਕੇ ਕਰਾਂਗੇ ਕਿਉਂਕਿ ਇਸ ਵੇਲੇ ਭਰ ਗਰਮੀ ਹੈ। ਹਾਂਜੀ। ਜਿਹਦੇ ਵਿੱਚ ਖਾਸ ਤੌਰ ਤੇ ਪਾਣੀ ਦੀ ਜਦੋਂ ਕਮੀ ਹੁੰਦੀ ਜੇ, ਜੇ ਆਪਾਂ ਵਡੇਰੀ ਉਮਰ ਦੀ ਥੋੜੀ ਗੱਲ ਕਰੀਏ, ਮੈਂ ਤਾਂ ਯਾਨੀ ਜੇ ਅਸੀਂ 50 ਕੁ ਵਰਿਆਂ ਤੋਂ ਉੱਪਰ ਦੀ ਗੱਲ ਸੋਚੀਏ ਤਾਂ ਕਈ ਵਾਰ ਬਹੁਤ ਤਿੱਖੀ ਧੁੱਪ ਵਿੱਚ ਪਸੀਨਾ ਆਉਂਦਾ ਹੀ ਨਹੀਂ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਪਾਣੀ ਵਾਕਈ ਕਮੀ ਹੋ ਰਹੀ ਹੈ। ਹਾਂਜੀ। ਉਦੋਂ ਇਸ ਤਰ੍ਹਾਂ ਦੇ ਲੱਛਣ ਦੇ ਸਕਦੇ ਨੇ। ਸੋ ਬਿਹਤਰ ਹੈ ਕਿ ਤੁਸੀਂ ਨਮਕ ਤੇ ਚੀਨੀ ਪਾ ਕੇ ਨਿੰਬੂ ਲਗਾਤਾਰ ਵਰਤਦੇ ਰਹੋ, ਸਾਦਾ ਪਾਣੀ ਉਦੋਂ ਠੀਕ ਨਹੀਂ ਰਹਿੰਦਾ ਕਿਉਂਕਿ ਉਹ ਪੋਟਾਸ਼ੀਅਮ ਦੀ ਕਮੀ ਜਾਂ ਕੈਲਸ਼ੀਅਮ ਦੀ ਕਮੀ ਵੀ ਤੁਹਾਡੇ ਕ੍ਰੈਂਪਸ ਜਾਂ ਜਿਵੇਂ ਤੁਸੀਂ ਕਿਹਾ ਸੀ ਮਹਿਸੂਸ ਹੋ ਸਕਦੇ ਨੇ, ਕਈ ਵਾਰ ਸੁੰਨ ਵੀ ਹੋ ਜਾਂਦਾ ਜੇ। ਸੋ ਇਸੇ ਕਾਰਨ ਬਿਹਤਰ ਜੇ ਕਿ ਅਸੀਂ ਉਹ ਫਲ ਤੇ ਸਬਜ਼ੀਆਂ ਰੈਗੂਲਰ ਖਾਈਏ ਜਿਹੜੀਆਂ ਪਾਣੀ ਦੀਆਂ ਭਰੀਆਂ ਹੋਈਆਂ ਨੇ। ਮਿਸਾਲ ਵਜੋਂ ਮਤੀਰਾ, ਖਰਬੂਜਾ, ਤੁਸੀਂ ਹਾਂਜੀ ਉਸੇ ਨੂੰ ਮਤੀਰਾ ਵੀ ਆਪਾਂ ਕਹਿ ਦਿੰਦੇ। ਜੀ ਜੀ ਬਿਲਕੁਲ। ਹਾਂਜੀ ਹਾਂਜੀ, ਸਾਡੇ ਵੱਲ ਵੀ ਕਹਿੰਦੇ ਆ, ਭੁੱਲ ਜਾਂਦੇ ਆ ਕਈ ਵਾਰੀ। ਤੇ ਉਸੇ ਤਰ੍ਹਾਂ ਆਪਾਂ ਜਿੰਨੀਆਂ ਵੀ ਸਬਜ਼ੀਆਂ ਲੈਂਦੇ ਆ ਉਹ ਕੁਦਰਤੀ ਉਹਦੇ ਵਿੱਚ ਬਹੁਤ ਵਧੀਆ ਪਾਣੀ ਵੀ ਨਮਕ ਵੀ ਉਹਦੇ ਵਿੱਚ ਕੁਦਰਤ ਨੇ ਆਪ ਹੀ ਭਰ ਕੇ ਭੇਜਿਆ ਹੁੰਦਾ। ਜੀ ਡਾਕਟਰ ਸਾਹਿਬ, ਇੱਕ ਸਵਾਲ ਮੈਂ ਪੁੱਛਣਾ ਚਾਹੁੰਦੀ ਸੀ ਵੀ ਇਹ ਜਿਹੜਾ ਹੁੰਦੀ ਹੈ ਇਹ ਸਮੱਸਿਆ ਹੁੰਦੀ ਹੈ, ਸਿਰਫ ਲਿਕੁਇਡ ਸਾਡੇ ਸਰੀਰ ਚ ਨਹੀਂ ਜਾਂਦਾ ਤਾਂ ਕਰਕੇ ਹੁੰਦਾ? ਨਹੀਂ, ਨਮਕ ਦੀ ਅਸਲ ਚ ਕਮੀ, ਸੋਡੀਅਮ ਤੇ ਪੋਟਾਸ਼ੀਅਮ ਉਹ ਜ਼ਿਆਦਾ ਖਤਰਨਾਕ ਹੋ ਜਾਂਦੇ ਨੇ, ਪਾਣੀ ਦੀ ਕਮੀ ਵੀ ਖਤਰਨਾਕ ਹੋ ਜਾਂਦੀ ਜੇ। ਸੋ ਇਹ ਸਾਰੀਆਂ ਚੀਜ਼ਾਂ ਸਾਡੇ ਸੈੱਲਾਂ ਦੇ ਕੰਮ ਕਰ ਲਈ ਜ਼ਰੂਰੀ ਹੁੰਦੀਆਂ ਨੇ। ਹੁਣ ਇਸੇ ਦੌਰਾਨ ਜੇ ਫਰਜ਼ ਕਰੋ ਕਿਸੇ ਨੂੰ ਖੰਘ ਜ਼ੁਕਾਮ ਹੋ ਜਾਏ
ਤੇ ਉਹ ਤਾਂ ਸਾਨੂੰ ਮੇਰਾ ਖਿਆਲ ਹੈ ਕੋਵਿਡ ਦੌਰਾਨ ਹੀ ਪਤਾ ਸੀ ਕਿਵੇਂ ਸਾਡੇ ਤਾਂ ਬੁਰਾ ਹਾਲ ਹੋ ਜਾਂਦਾ, ਇੱਕ ਇੱਕ ਪੱਠੇ ਦੱਸ ਉਸੇ ਤਰ੍ਹਾਂ ਹੀ। ਇਸ ਜੇ ਮਾੜਾ ਮੋਟਾ ਕਿਤੇ ਰੱਬ ਨਾ ਕਰੇ ਤੁਸੀਂ ਏਸੀ ਚ ਬੈਠੇ ਹੋ ਜਾਂ ਲਗਾਤਾਰ ਬਰਫ਼ ਵੀਲੀ ਕੋਈ ਚੀਜ਼ ਖਾ ਰਹੇ ਹੋ, ਠੰਡੀ ਖਾ ਰਹੇ ਹੋ, ਜੀ ਤਾਂ ਗਲਾ ਖਰਾਬ ਹੋਣ ਦੇ ਨਾਲ ਵੀ ਤੁਹਾਨੂੰ ਬਹੁਤ ਕਮਜ਼ੋਰੀ ਮਹਿਸੂਸ ਹੋ ਸਕਦੀ। ਜੇ ਕਈ ਵਾਰ ਤਾਂ ਇੰਨੀ ਕਮਜ਼ੋਰੀ ਹੋ ਜਾਂਦੀ ਹੈ ਜਿਵੇਂ ਸਾਨੂੰ ਲੱਗਦਾ ਹੈ ਕਿ ਅਸੀਂ ਪੌੜੀ ਵੀ ਨਹੀਂ ਚੜ੍ਹ ਸਕਦੇ, ਯਾਨੀ ਖੜਿਆ ਹੀ ਨਹੀਂ ਹੋਇਆ ਜਾਂਦਾ, ਢੱਕਣ ਤੱਕ ਨਹੀਂ ਬੋਤਲ ਦਾ ਖੁੱਲਦਾ, ਹਾਏ ਬਿਲਕੁਲ ਹੀ ਕਮਜ਼ੋਰੀ ਪੈ ਗਈ, ਇਸ ਤਰ੍ਹਾਂ ਦੀ ਮਹਿਸੂਸ ਵੀ ਹੋ ਜਾਂਦਾ। ਬਿਲਕੁਲ ਹੁੰਦਾ ਹੈ। ਇਸੇ ਤਰ੍ਹਾਂ ਗਰਭ ਦੌਰਾਨ ਬਹੁਤ ਅਹਿਮ ਜੇ ਉਹਨਾਂ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ। ਉਹਦੇ ਵਿੱਚ ਵੈਸੇ ਹੀ ਹਾਰਮੋਨਲ ਕਾਫੀ ਤਬਦੀਲੀਆਂ ਹੁੰਦੀਆਂ ਨੇ, ਸੋ ਉਹਨਾਂ ਵਿੱਚ ਵੀ ਇਹ ਚੀਜ਼ ਪਾਣੀ ਦੀ ਕਮੀ ਡੇਂਜਰਸ ਹੋ ਸਕਦੀ ਹੈ ਕਈ ਵਾਰ ਉਹਨਾਂ ਦੇ ਆਪਣੇ ਢਿੱਡ ਚ ਪਲ ਰਹੇ ਬੱਚੇ ਲਈ ਵੀ। ਸੋ ਉਹ ਵੀ ਅਹਿਮ ਇਹ ਖਿਆਲ ਰੱਖਣ ਕਿ ਕਾਂਜੀ ਲੈ ਸਕਦੇ ਨੇ, ਨਮਕੀਨ ਲੱਸੀ ਲੈ ਸਕਦੇ ਨੇ, ਕਿਉਂਕਿ ਬਹੁਤਾ ਮਿੱਠਾ ਜਦੋਂ ਲੈਂਦੇ ਹੋ ਸਾਨੂੰ ਸਗੋਂ ਹੋਰ ਖੋ ਪਾਉਂਦਾ ਪਿਆਸ ਲਈ, ਤੇ ਸਾਡੇ ਕਮੀ ਅਸਲ ਚ ਨਮਕ ਵਾਲੀ ਹੋਈ ਹੁੰਦੀ ਹੈ। ਸੋ ਜੀ ਇਸੇ ਕਾਰਨ ਮੈਂ ਵਾਰ ਵਾਰ ਜ਼ਿਕਰ ਕਰ ਰਹੀ ਹਾਂ ਕਿ ਨਮਕੀਨ ਚੀਜ਼ ਬਿਹਤਰ ਹੋਏਗੀ। ਠੀਕ ਹੈ। ਹੁਣ ਇੱਕ ਤਣਾਓ, ਦੇਖੋ ਅਸੀਂ ਸਾਰੇ ਹੀ ਕੰਮ ਕਾਰ ਚ ਭੱਜੇ ਦੌੜੇ ਜਾਂਦੇ ਹਾਂ, ਨਿੱਕੀ ਨਿੱਕੀ ਗੱਲ ਤੇ ਔਖੇ ਹੁੰਦੇ ਆ, ਭੜਕ ਜਾਂਦੇ ਆ, ਭੁੱਲ ਜਾਂਦੇ ਆ ਕਿ ਉਹਦੇ ਨਾਲ ਸਰੀਰ ਅੰਦਰ ਏਡੇ ਸਾਰੇ ਹਾਰਮੋਨ ਨਿਕਲਦੇ ਨੇ ਜਿਹੜੇ ਸਾਨੂੰ ਵਾਕਈ ਥਕਾਵਟ ਵੱਲ ਤੋਰਦੇ ਨੇ, ਤੇ ਇਸੇ ਤਰੀਕੇ ਦੇ ਕਈ ਵਾਰ ਜੋੜਾਂ ਦੀ ਬਹੁਤ ਜ਼ਿਆਦਾ ਦਰਦ ਜੋ ਸ਼ੁਰੂ ਹੋ ਜਾਂਦੀ ਜੇ ਸਿਰ ਪੀੜ ਦੇ ਨਾਲ, ਉਹ ਜਕੜਿਆ ਮਹਿਸੂਸ ਹੁੰਦਾ ਜੇ ਉਹ ਆਫਟਰ ਆਲ ਇਹ ਸਟ੍ਰੈਸ ਨੇ ਸਾਨੂੰ ਚਾਬੀ ਜਾਣਾ ਹੁੰਦਾ। ਬਿਲਕੁਲ, ਸ਼ਕਲ ਵੀ ਬੁੱਝ ਜਾਂਦੀ ਹੈ। ਬਿਲਕੁਲ ਬਿਲਕੁਲ, ਮੈਂ ਇੱਕ ਬਹੁਤ ਜ਼ਿਆਦਾ ਅਹਿਮ ਚੀਜ਼ ਹੁਣ ਦੱਸਣਾ ਚਾਹੁੰਦੀ ਹਾਂ ਜੀ ਕਿ ਇਸ ਸਮੇਂ ਦੇ ਦੌਰਾਨ ਕਈ ਵਾਰ ਸਾਨੂੰ ਲੱਗਦਾ ਕਿ ਵੈਸੇ ਹੀ ਕਮਜ਼ੋਰੀ ਹੈ, ਇੱਕ ਵਾਰਨਿੰਗ ਸਾਈਨ ਹੈ। ਹਾਂਜੀ। ਕਿ ਜੇ ਸਾਨੂੰ ਇੱਕਦਮ ਚੱਕਰ ਜਿਹਾ ਮਹਿਸੂਸ ਹੋਏ ਜਾਂ ਇੱਕਦਮ ਨਜ਼ਰ ਜਿਵੇਂ ਬਹੁਤੀ ਸਾਫ਼ ਨਾ ਦਿਸੇ, ਉਹਨੂੰ ਬਲਰਿੰਗ ਆਫ ਵਿਜ਼ਨ ਅਸੀਂ ਕਹਿੰਦੇ ਹਾਂ, ਵੀ ਨਜ਼ਰ ਇੱਕਦਮ ਧੁੰਦਲੀ ਪੈ ਰਹੀ ਹੋਵੇ, ਜਾਂ ਸਾਨੂੰ ਬੋਲਣ ਲੱਗਿਆਂ ਲੱਗੇ ਜਿਵੇਂ ਜੀਭ ਸਾਥ ਨਹੀਂ ਦੇ ਰਹੀ, ਠੀਕ ਹੈ, ਜਾਂ ਫਿਰ ਤੁਹਾਨੂੰ ਤੁਰਦਿਆਂ ਮਹਿਸੂਸ ਹੋਵੇ ਜਿਵੇਂ ਸਰੀਰ ਐਵੇਂ ਕਾਬੂ ਜੇ ਚ ਨਹੀਂ ਹੈ, ਟੇਢਾ ਜਿਹਾ ਤੁਰਿਆ ਜਾ ਰਿਹਾ, ਠੀਕ ਨਹੀਂ ਤੁਰਿਆ ਜਾ ਰਿਹਾ, ਕੁਝ ਕਨਫਿਊਜ਼ਨ ਜਿਹੀ ਲੱਗਦੀ ਜੇ, ਸਭ ਕੁਝ ਸਪਸ਼ਟ ਨਹੀਂ ਹੋ ਰਿਹਾ, ਤੇ ਹਲਕੀ ਹਲਕੀ ਸਿਰ ਪੀੜ ਵੀ ਹੋ ਰਹੀ ਜੇ, ਤਾਂ ਇਹ ਲੱਛਣ ਤੁਹਾਡੇ ਸਟ੍ਰੋਕ ਦੇ ਹੋ ਸਕਦੇ ਨੇ, ਜੋ ਅੱਜ ਕੱਲ ਪਾਣੀ ਦੀ ਕਮੀ ਦੇ ਨਾਲ ਕਾਫੀ ਆਮ ਦੇਖਣ ਨੂੰ ਮਿਲ ਰਹੇ ਨੇ ਜੀ। ਇਸੇ ਲਈ ਬਹੁਤ ਧਿਆਨ ਰੱਖੋ, ਦਾ ਮਤਲਬ ਇਹ ਪਾਸਾ ਮਰ ਸਕਦਾ ਜੇ ਤੁਹਾਡੇ ਪਾਸੇ ਦੀ ਕਮਜ਼ੋਰੀ ਹੋ ਰਹੀ ਹੈ, ਦਿਮਾਗ ਦੇ ਇੱਕ ਨਸ ਵਿੱਚ ਤੁਹਾਡੇ ਜਿਹੜਾ ਪਾਣੀ ਦੀ ਕਮੀ ਕਾਰਨ ਕੋਈ ਉੱਥੇ ਜੰਮ ਰਿਹਾ ਜੇ ਧੱਦਾ, ਜਿਸ ਕਾਰਨ ਇਹ ਚੀਜ਼ਾਂ ਹੋ ਸਕਦੀਆਂ ਨੇ। ਸੋ ਇਹ ਬਹੁਤ ਅਹਿਮ ਜੇ ਇਮੀਡੀਏਟਲੀ ਕੋਈ ਨੇੜੇ ਹੈ ਜਾਂ ਤੁਸੀਂ ਜੇ ਉਸ ਵੇਲੇ ਫੋਨ ਚਲਾਉਣ ਦੀ ਹਾਲਤ ਚ ਹੋ ਤਾਂ ਮਿਸਡ ਕਾਲ ਹੀ ਭਾਵੇਂ ਮਾਰੋ, ਇਹ ਬਹੁਤ ਅਹਿਮ ਜੇ ਕਿ ਇਹ ਵਾਰਨਿੰਗ ਸਾਈਨ ਜੇ ਇਮੀਡੀਏਟਲੀ ਤੁਸੀਂ ਜੇ ਕਿਸੇ ਨੇੜੇ ਦੇ ਨੂੰ ਹੱਥ ਹੀ ਰੱਖ ਦਵੋ ਜਾਂ ਇਸ਼ਾਰਾ ਵੀ ਕਰ ਸਕੋ ਵੀ ਮੈਂ ਠੀਕ ਨਹੀਂ, ਤਾਂ ਉਹ ਤੁਹਾਨੂੰ ਕਿਤੇ ਪਾਸੇ ਬਿਠਾ ਦੇਵੇ, ਤਾਂ ਕਿ ਡਿੱਗਣ ਤੇ ਸਿਰ ਦੀ ਸੱਟ ਕਈ ਵਾਰ ਬਹੁਤ ਖਤਰਨਾਕ ਹੋ ਜਾਂਦੀ ਜੇ ਜੀ। ਇਸੇ ਤਰ੍ਹਾਂ ਲਗਾਤਾਰ ਧੁੱਪੇ ਕੰਮ ਕਰਨ ਨਾਲ ਇੱਕ ਸਾਈਕੈਟ੍ਰਿਕ ਬਿਮਾਰੀ ਤੱਕ ਵੀ ਹੋ ਸਕਦੀ ਜੇ, ਜਿਹੜੇ ਨਾਲ ਅਸੀਂ ਨਿਊਰੋਲੈਪਟਿਕ ਸਿੰਡਰੋਮ ਵਰਗੀਆਂ ਚੀਜ਼ਾਂ ਜਿਹੜੀਆਂ ਜਾਨਲੇਵਾ ਤੱਕ ਸਾਬਤ ਹੋ ਜਾਂਦੀਆਂ ਨੇ। ਸੋ ਲਗਾਤਾਰ ਧੁੱਪੇ ਖੜੇ ਰਹਿਣਾ ਬਿਨਾਂ ਕਿਸੇ ਵੀ ਛਾਂ ਦੇ ਜਾਂ ਬਿਨਾਂ ਪਾਣੀ ਦੇ ਜਾਂ ਨਮਕ ਦੇ, ਇਹ ਵਾਕਈ ਕਈ ਵਾਰ ਸੀਰੀਅਸ ਚੀਜ਼ ਹੋ ਸਕਦੀ ਹੈ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਧੁੱਪ ਤੋਂ ਬਚਾ ਰੱਖੀਏ, ਬੱਚਿਆਂ ਨੂੰ ਵੀ ਨਾਲ ਸਕੰਜਵੀ ਬਣਾ ਕੇ, ਯਾਨੀ ਨਮਕ ਚੀਨੀ ਨਿੰਬੂ ਪਾ ਕੇ ਨਾਲ ਭੇਜੋ, ਆਪ ਵੀ ਰੈਗੂਲਰ ਘਰ ਚ ਅਸੀਂ ਤਾਂ ਸਗੋਂ ਸਲਾਹ ਇਹੋ ਦੇਈ ਦੀ ਜੇ ਕਿ ਤੁਸੀਂ ਭਰ ਕੇ ਪਤੀਲਾ ਸਵੇਰੇ ਬਣਾ ਲਓ, ਫਰਿੱਜ ਚ ਰੱਖ ਲਓ, ਉਸ ਚੋਂ ਜਿਹਨੇ ਆਉਣਾ ਜੇ ਗਲਾਸ ਭਰ ਕੇ ਤੇ ਉਹ ਪੀ ਸਕਦੇ ਹੋ, ਤਾਂ ਕਿ ਤੁਹਾਡੀ ਇਹ ਗਰਮੀ ਖਿੱਚ ਕੇ ਉਹ ਬਾਹਰ ਕੱਢ ਦੇਵੇ, ਇਹ ਜ਼ਰੂਰ ਰੱਖੋ। ਤੇ ਬਸ ਇੱਕ ਆਖਰੀ, ਮੈਨੂੰ ਪਤਾ ਜੇ ਟਾਈਮ ਸਾਡਾ ਲਿਮਿਟਿਡ ਹੈ, 10 ਮਿੰਟ ਹੀ ਕਰਨਾ ਅਸੀਂ। ਜੇ ਕੋਈ ਸਟੈਟਿਨ ਦਵਾਈ ਖਾ ਰਿਹਾ ਹੋਏ, ਜਿਹਨੇ ਕੋਲੈਸਟਰੋਲ ਘਟਾਉਣ ਲਈ ਬਹੁਤ ਭਾਰੀ ਗਿਣਤੀ ਸਾਡੇ ਲੈ ਰਹੇ ਨੇ, ਜਾਂ ਕੋਈ ਸਟੀਰੋਇਡਸ ਦੇ ਉੱਪਰ ਹੋਵੇ ਜੇ ਗੁਰਦੇ ਦੀ ਜਾਂ ਕੋਈ ਇਸ ਕਿਸਮ ਦੀ ਬਿਮਾਰੀ ਜਿਸ ਚੋਂ ਲੈ ਰਹੇ ਨੇ, ਉਹ ਖਾਸ ਖਿਆਲ ਰੱਖਣ, ਕਿਉਂਕਿ ਉਹਨਾਂ ਦੇ ਪੱਠਿਆਂ ਦੀ ਕਮਜ਼ੋਰੀ ਨਾ ਸਿਰਫ ਬਿਮਾਰੀ ਕਾਰਨ ਬਲਕਿ ਇਹ ਦਵਾਈਆਂ ਵੀ ਕਈ ਵਾਰ ਬਹੁਤ ਕਮਜ਼ੋਰੀ ਮਹਿਸੂਸ ਕਰਵਾ ਸਕਦੀਆਂ ਨੇ ਪੱਠਿਆਂ ਦੀ। ਸੋ ਇੰਨਾ ਕੁ ਖਿਆਲ ਰੱਖ ਲਿਓ ਤੇ ਸਿਹਤਮੰਦ ਰਹੋ, ਤੰਦਰੁਸਤ ਰਹੋ, ਕਾਂਜੀ ਜ਼ਰੂਰ ਪੀਂਦੇ ਰਹੋ। ਮੈਂ ਸੱਚ ਦੱਸ ਦਵਾਂ, ਸ਼ਰਾਬ ਪੀਣ ਵਾਲੇ ਵੀ ਭੁੱਲ ਜਾਣਗੇ ਵੀ ਅੱਛਾ ਇੰਨੀ ਖੂਬਸੂਰਤ ਚੀਜ਼
ਉਹ ਕਾਲੀਆਂ ਗਾਜਰਾਂ ਦੇ ਨਾਲ ਬਣਾ ਕੇ ਦੇਖੋ ਤਾਂ ਹਾਂਜੀ ਸਹੀ ਕੀ ਕਮਾਲ ਆਉਂਦਾ ਜੇ ਤੇ ਡਾਕਟਰ ਸਾਹਿਬ ਜੇ ਜਾਂਦੇ ਆਂ ਦੇ 1 ਮਿੰਟ ਤੁਸੀਂ ਦੱਸ ਹੀ ਦਿਓ ਕਿ ਬਣਦੀ ਕਿਵੇਂ ਹੈ ਹੁਣ ਕਈਆਂ ਨੇ ਜ਼ਰੂਰ ਮੈਸੇਜ ਕਰ ਰਹੇ ਨੇ ਵੀ ਕਾਂਜੀ ਬਣਦੀ ਕਿਵੇਂ ਹੈ ਸਾਰਿਆਂ ਨੂੰ ਨਹੀਂ ਪਤਾ ਹੋਣਾ ਕਾਲੀਆਂ ਗਾਜਰਾਂ ਜੀ ਜੇ ਤੁਸੀਂ ਕੱਟ ਕੇ ਰੱਖ ਸਕੋ ਪਾਣੀ ਦੇ ਵਿੱਚ, ਫਿਰ ਵਿੱਚ ਜੀ ਕਾਲਾ ਨਮਕ ਪਾ ਦਿਓ, ਹਲਕਾ ਜਿਹਾ ਨਿੰਬੂ ਪਾ ਕੇ ਤੇ ਉਹਨੂੰ ਰੱਖ ਦਿਓ, ਤੇ ਫਿਰ ਉਸ 'ਚ ਕਲੌਂਜੀ ਜ਼ਰੂਰ ਪਾਣੀ, ਜੇ ਬਿਨਾਂ ਕਲੌਂਜੀ ਦੇ ਉਹਦਾ ਉਹ ਸਵਾਦ ਨਹੀਂ ਆਣਾ, ਜੀ ਉਹ ਪਾ ਕੇ ਜੇ ਤੁਸੀਂ ਰੱਖ ਲੈਂਦੇ ਹੋ ਤੇ ਅਗਲੇ ਦਿਨ ਉਹਨੂੰ ਵਿੱਚੋਂ ਕੱਢ ਕੇ ਪਾਣੀ ਪੀ ਲਵੋ, ਫਿਰ ਦੁਬਾਰਾ ਉਸ 'ਚ ਹੋਰ ਪਾਣੀ ਉਸੇ ਦੇ ਵਿੱਚ ਪਾ ਕੇ ਤੇ ਮਸਾਲੇ ਆਪਣੇ ਹਿਸਾਬ ਨਾਲ ਉਹਦੇ ਵਿੱਚ ਫਿਰ ਦੁਬਾਰਾ ਪਾ ਦਿਓ, ਤਾਂ 2 ਜਾਂ 3 ਕੁ ਦਿਨ ਉਹ ਵਰਤੀ ਜਾਂਦੀ। ਜੇ ਸਿਰਫ ਇੱਕ ਖਿਆਲ ਰੱਖਿਓ, ਬਾਹਰ ਲਗਾਤਾਰ ਰੱਖਣ ਨਾਲ ਉਹ ਖਰਾਬ ਹੋ ਸਕਦੀ ਜੇ, ਸੋ ਕੋਸ਼ਿਸ਼ ਕਰੋ ਜਦੋਂ ਤੁਸੀਂ ਰੱਖ ਲਈ 4-5 ਘੰਟੇ ਉਹਨੂੰ ਫਿਰ ਫਰਿੱਜ ਦੇ ਵਿੱਚ ਰੱਖ ਦਿਓ ਤਾਂ ਕਿ ਜੀ ਉਹ ਖਰਾਬ ਨਾ ਹੋਵੇ। ਸੋ ਜੀ ਜੀ ਇਹ ਪੀ ਕੇ ਫਿਰ ਜੇ ਸਵਾਦ ਆ ਗਿਆ ਮੇਰਾ ਖਿਆਲ ਹੈ, ਫਿਰ ਮੈਨੂੰ ਤੇ ਤੁਹਾਨੂੰ ਹਰਸ਼ਾ ਰਨ ਨੂੰ ਤੁਹਾਨੂੰ ਯਾਦ ਕਰਨੇ ਤੁਸੀਂ ਰੈਸਪੀ ਮੈਨੂੰ ਤੇ ਦੱਸਤੀ ਹੈ। ਹਰਸ਼ਾ ਰਨ ਨੂੰ ਕਾਂਜੀ ਪੀਣ ਲਈ ਬੁਲਾ ਲੈਣਗੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਅਸੀਂ ਜਾਣਾ ਪਤਾ ਨਹੀਂ ਕਦੋਂ ਹੈ, ਅਸੀਂ ਮਾਫੀ ਮੰਗ ਲਵਾਂਗੇ ਕਰੇ ਤੇ। ਕਰਾਵੇ ਆਪੇ ਆਪ, ਸੋ ਉਹਨੇ ਜਦੋਂ ਲਿਜਾਣਾ ਸਾਨੂੰ ਲੈ ਹੀ ਜਾਣਾ ਉੱਥੇ। ਹਾਂਜੀ ਹਾਂਜੀ ਬਿਲਕੁਲ, ਉਹੀ ਕਹਿੰਦੇ ਨਾ ਕਿ ਹਰ ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ, ਜੋ ਸਾਡਾ ਲਿਖਿਆ ਗਿਆ ਤੇ ਅਸੀਂ ਆ ਹੀ ਜਾਣਾ। ਸੋ ਬਿਲਕੁਲ ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ। ਇੱਕ ਜ਼ਰੂਰ ਮੈਂ ਗੱਲ ਕਹਿ ਦਿਆਂ, ਡਾਕਟਰ ਸਾਹਿਬ ਨੇ ਧੁੱਪ ਦੀ ਗੱਲ ਕੀਤੀ ਸੀ ਕਿ ਧੁੱਪ 'ਚ ਨਹੀਂ ਖੜਨਾ, ਹੁਣ ਇਹ ਤੋਂ ਆਪਾਂ ਇਹ ਨਾ ਮਤਲਬ ਲੈ ਲਈਏ ਕਿ ਅਸੀਂ ਸਵੇਰ ਦੀ ਧੁੱਪ ਹੈ ਜਿਹੜੀ ਉਹਨੂੰ ਵੀ ਅਸੀਂ ਗਵਾ ਦਈਏ। ਜਿਹੜੀ ਸਵੇਰ ਵੇਲੇ ਦੀ ਧੁੱਪ ਹੁੰਦੀ ਹੈ ਉਹ ਲੈਣੀ ਵੀ ਬੜੀ ਜ਼ਰੂਰੀ ਹੁੰਦੀ ਹੈ ਵਿਟਾਮਿਨ ਡੀ ਲਈ, ਪਰ ਜਿਹੜੀ ਤੇਜ਼ ਧੁੱਪ ਤਿੱਖੀ ਹੁੰਦੀ ਹੈ ਦੁਪਹਿਰ ਦੀਆਂ ਧੁੱਪਾਂ ਗਰਮੀ ਦੇ ਵਿੱਚ, ਉਹਨਾਂ ਤੋਂ ਬਚਣ ਲਈ ਸਾਨੂੰ ਡਾਕਟਰ ਸਾਹਿਬ ਨੇ ਸਲਾਹ ਦਿੱਤੀ ਹੈ। ਬਿਲਕੁਲ, ਤੇ ਬਸ ਇੱਕ ਹੋਰ ਮੈਂ ਆਪਣੇ ਪਿਆਰੇ ਪਿਆਰੇ ਬੱਚਿਆਂ ਲਈ ਵੀ ਸਲਾਹ ਦੇ ਦਿਆਂ, ਜੋ ਸਕੂਲਾਂ ਤੋਂ ਨਿਕਲਦੇ ਛੁੱਟੀ ਦੇ ਬਾਅਦ ਗਰਮੀ ਵਿੱਚ ਭੁੱਜੇ ਹੋਏ ਭੱਜੇ ਜਾਂਦੇ ਨੇ ਕੱਟੇ ਹੋਏ ਫਲ ਖਾਣ ਲਈ, ਪਲੀਜ਼ ਉਹ ਨਾ ਖਾਇਓ, ਬਹੁਤ ਜ਼ਿਆਦਾ ਟਾਈਫਾਇਡ ਹੋ ਰਿਹਾ ਜੇ, ਉਲਟੀਆਂ ਟੱਟੀਆਂ ਨਾਲ ਬੱਚੇ ਬਹੁਤ ਬਿਮਾਰ ਹੋ ਰਹੇ ਨੇ। ਮਾਪਿਆਂ ਅੱਗੇ ਵੀ ਬੇਨਤੀ ਹੈ ਕਿ ਸਾਬਤ ਫਲ ਦੇ ਦਿਓ, ਕੱਟੇ ਹੋਏ ਫਲ ਜਾਂ ਨੰਗੀਆਂ ਚੀਜ਼ਾਂ ਜੋ ਬਾਹਰ ਮਿਲਦੀਆਂ ਜੇ, ਕਈ ਬਰਗਰ ਜਾਂ ਕੁਝ ਵੀ ਲੈਣ ਨੂੰ ਜਦੋਂ ਭੱਜਦੇ ਨੇ ਬੱਚੇ ਧੁੱਪ ਦੇ ਵਿੱਚ ਇਸ ਮੌਸਮ ਵਿੱਚ, ਬਹੁਤ ਛੇਤੀ ਚੀਜ਼ਾਂ ਖਰਾਬ ਹੁੰਦੀਆਂ ਨੇ, ਸੋ ਉਹ ਨਾ ਲਓ, ਬਹੁਤ ਮਿਹਰਬਾਨੀ ਹੋਏਗੀ, ਤੁਹਾਡੇ ਬੱਚੇ ਸਿਹਤਮੰਦ ਹੋਣਗੇ, ਸਾਨੂੰ ਚੰਗਾ ਲੱਗੇਗਾ। ਜੀ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਅਗਲੇ ਐਤਵਾਰ ਆਪਾਂ ਫੇਰ ਮਿਲਾਂਗੇ ਸਾਡੇ ਸਾਰੇ ਦਰਸ਼ਕਾਂ ਨੂੰ। ਸਤਿ ਸ਼੍ਰੀ ਅਕਾਲ।